ਉੱਤੇ ਪ੍ਰੋਟੈਕਟ ਹੈ ਜੀ ਅਸੀਂ ਚੀਨੀ ਸਰਕਾਰ ਜਿਮੀ ਪਿੰਗ ਸਰਕਾਰ ਦੇ ਖਿਲਾਫ ਉਲਟ ਕੀਤਾ ਜਿਨ੍ਹਾਂ ਨੇ ਸਾਡੇ ਸ਼ਹੀਦ ਜਿਹੜੇ ਨੌਜਵਾਨ ਕੀਤੇ ਆ ਅਸੀਂ ਉਹਨਾਂ ਦਾ ਚੀਨੀਆਂ ਦਾ ਵਿਰੋਧ ਕਰਦੇ ਹਾਂ ਔਰ ਚੀਨੀ ਸਮਾਨ ਜਿਹੜਾ ਇੱਥੇ ਆਪਣੇ ਹਿੰਦੁਸਤਾਨ ਦੇ ਵਿੱਚ ਖਰੀਦ ਰਹੇ ਆ ਉਹਦੀ ਮੰਗ ਕਰਦੇ ਆ ਵੀ ਉਹਨਾਂ ਦਾ ਬਾਈਕਾਟ ਕੀਤਾ ਜਾਵੇ ਔਰ ਸਾਡੇ ਸ਼ਹੀਦਾਂ ਦਾ ਜਿਹੜਾ ਬਲਿਦਾਨ ਉਹ ਮਤਲਬ ਕਹਿੰਦੇ ਕੁਰਬਾਨੀ ਉਹਨਾਂ ਦੀ ਨਜਾਇਜ਼ ਨਹੀਂ ਜਾਣੀ ਚਾਹੀਦੀ ਉਹਨਾਂ ਦਾ ਉਹਨਾਂ ਨੇ ਸਾਡੇ 20 ਮਾਰੇ ਆ ਅਸੀਂ ਸੈਂਕੜੇ ਤਦਾਦ 'ਚ ਸਰਕਾਰ ਕੋਲ ਬੇਨਤੀ ਕਰਦੇ ਹਾਂ ਵੀ ਸੈਂਕੜੇ ਤਦਾਦ 'ਚ ਉਹਨਾਂ ਦਾ ਬਦਲਾ ਲਿੱਤਾ ਜਾਵੇ ਦੁਕਾਨਦਾਰਾਂ ਨੂੰ ਤੁਸੀਂ ਕੀ ਅਪੀਲ ਕਰੋ ਅਸੀਂ ਦੁਕਾਨਦਾਰਾਂ ਨੂੰ ਇਹ ਅਪੀਲ ਕੀਤੀ ਹੱਥ ਜੋੜ ਕੇ ਬੇਨਤੀ ਕੀਤੀ ਹੈ ਵੀ ਸਾਡੇ ਧਨੋਲੀ ਸਾਹਿਬ ਜਿਹੜੇ ਰਾਸ਼ਟਰੀ ਪ੍ਰਧਾਨ ਰਾਜੀਵ ਟੰਡਨ ਜੀ ਹੈ ਰਾਸ਼ਟਰੀ ਚੇਅਰਮੈਨ ਜੀ ਉਹਨਾਂ ਦਿਸ਼ਾ ਨਿਰਦੇਸ਼ ਦੇ ਉੱਪਰ 48 ਘੰਟੇ ਦਾ ਅਲਟੀਮੇਟ ਦਿੱਤਾ ਜੀ 48 ਘੰਟੇ ਦਾ ਅਲਟੀਮੇਟ ਦਿੱਤਾ ਹੱਥ ਜੋੜ ਕੇ ਬੇਨਤੀ ਕਰਦੇ ਸ਼ਹਿਰ ਵਾਸੀਆਂ ਨੂੰ ਜਿਹੜੇ ਚੀਨੀ ਜਿਹੜੇ ਲੱਗੇ ਹੋਏ ਆ ਓਪੋ ਦੇ ਬੋਰਡ ਲੱਗੇ ਆ ਵੀਵੋ ਦੇ ਲੱਗੇ ਹੋਏ ਆ ਇਹ ਫਲੈਕਸੀ ਬੋਰਡ ਜਿਹੜੇ ਲੱਗੇ ਹੋਏ ਆ ਬੈਨਰ ਲੱਗੇ ਹੋਏ ਉਤਾਰੇ ਜਾਣ 48 ਘੰਟਿਆਂ ਦਾ ਅਸੀਂ ਪ੍ਰਸ਼ਾਸਨ ਨੂੰ ਵੀ ਦੱਸ ਚੁੱਕੇ ਹਾਂ 48 ਦੇ ਘੰਟਿਆਂ ਦੇ ਵਿੱਚ ਇਹ ਜਿਹੜੇ ਬੋਰਡ ਆ ਉਤਾਰੇ ਜਾਣ ਨਹੀਂ ਉਤਾਰੇ ਜਾਣਗੇ ਸ਼ਿਵ ਸੈਨਾ ਪੰਜਾਬ ਆਪ ਉਤਾਰੂਗੀ ਜਿਹਦਾ ਜ਼ਿੰਮੇਵਾਰ ਦੁਕਾਨਦਾਰ ਖੁਦ ਆਪ ਹੋਣਗੇ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਵੀ ਇਸ ਟਾਈਮ ਜੋ ਆਪਣੇ ਦੇਸ਼ ਦੇ ਵਿੱਚ ਸੰਕਟ ਚੱਲ ਰਿਹਾ ਕੋਵਿਡ-19 ਦਾ ਉਹਦੀ ਮੇਨ ਵਜ੍ਹਾ ਹੈ ਚੀਨ ਦੇ ਵੁਹਾਨ ਸ਼ਹਿਰ ਤੋਂ ਇਹ ਸ਼ੁਰੂ ਹੋਇਆ ਸ਼ੁਰੂ ਹੋਣ ਤੋਂ ਬਾਅਦ ਦੇਸ਼ ਦੇ ਕੋਨੇ-ਕੋਨੇ ਤੱਕ ਲੋਕ ਗਏ ਉਹਨਾਂ ਫਲੈਟਾਂ ਸ਼ੁਰੂ ਕੀਤੀਆਂ ਤਾਂ ਜਿਹਦੇ ਕਰਕੇ ਸਾਰਾ ਦੇਸ਼ ਇਸ ਕੋਵਿਡ-19 ਦੇ ਸੰਕਟ ਨਾਲ ਜੂਝ ਰਿਹਾ ਹੈ ਅਤੇ ਮੈਂ ਤੁਹਾਡੇ ਚੈਨਲ ਥਰੂ ਇਹ ਦੱਸਣਾ ਚਾਹਾਂਗਾ ਵੀ ਇਸ ਟਾਈਮ ਚੀਨ ਇਹੋ ਜਿਹੇ ਪ੍ਰੋਜੈਕਟ ਤਿਆਰ ਕਰਦਾ ਵਾ ਜਿਹੜਾ ਆਪਣਾ ਸਮਾਨ ਦੇਸ਼ ਦੇ ਕੋਨੇ-ਕੋਨੇ ਤੱਕ ਭੇਜਦਾ ਵਾ ਵੇਚਦਾ ਵਾ ਜਿਹਦੀ ਬਹੁਤ ਹੀ ਵੱਡੀ ਮਾਰਕੀਟ ਇੱਕ ਹੈ ਭਾਰਤ ਦੇ ਵਿੱਚ ਆਪਣੇ ਬਹੁਤ ਹੀ ਚੀਨੀ ਪ੍ਰੋਜੈਕਟ ਖਰੀਦੇ ਅਤੇ ਵੇਚੇ ਜਾਂਦੇ ਨੇ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਆਪਣਾ ਇਹਨਾਂ ਦਾ ਆਪਾਂ ਨੂੰ ਬਾਈਕਾਟ ਕਰਨਾ ਚਾਹੀਦਾ ਵਾ ਦੇਖੋ ਚੀਨ ਨੇ ਕਿੰਨਾ ਮਾੜਾ ਕੀਤਾ ਵੀ ਹੁਣ ਪਿੱਛੇ ਜੇ 2-3 ਦਿਨ ਪਹਿਲਾਂ ਆਪਣੇ ਦੇਸ਼ ਦੇ ਉੱਤੇ ਹਮਲਾ ਕੀਤਾ ਜਿਹਦੇ ਵਿੱਚ 20 ਜਵਾਨ ਸ਼ਹੀਦ ਹੋਏ ਅਸੀਂ ਉਹਨਾਂ ਦਾ ਆਪਣੇ ਜਵਾਨਾਂ ਨੂੰ ਨਮਨ ਕਰਦੇ ਹਾਂ ਦਿਲੋਂ ਅਤੇ ਲੋਕਾਂ ਨੂੰ ਇਹ ਵੀ ਅਵੇਅਰ ਕਰਦੇ ਹਾਂ ਜੇ ਆਪਣਾ ਭਾਰਤ ਹੀ ਇਕੱਲਾ ਇੱਕ ਐਸਾ ਦੇਸ਼ ਹੈ ਜਿਹਦੇ ਵਿੱਚ ਸਾਰਿਆਂ ਨਾਲੋਂ ਵੱਧ ਚੀਨ ਦਾ ਸਮਾਨ ਵਿਕਦਾ ਵਾ ਜੇ ਇਕੱਲਾ ਭਾਰਤ ਹੀ ਚੀਨ ਦਾ ਸਮਾਨ ਖਰੀਦਣਾ ਬੰਦ ਕਰਦੇ ਤਾਂ ਚੀਨ ਨੂੰ ਇੱਕ ਬਹੁਤ ਵੱਡੀ ਮਾਰ ਪੈ ਸਕਦੀ ਹੈ ਸਾਡੇ ਲਾਈਨ ਦੇ ਵਿੱਚ ਵੀ ਬਹੁਤ ਹੀ ਇਹੋ ਪ੍ਰੋਜੈਕਟ ਆਉਂਦੇ ਆ ਰੈਡੀਮੇਡ ਗਾਰਮੈਂਟ ਦੇ ਵਿੱਚ ਜਾਂ ਕੱਪੜੇ ਦੇ ਵਿੱਚ ਚੀਨ ਦੇ ਪ੍ਰੋਜੈਕਟਾਂ ਸਮਾਨ ਆਉਂਦਾ ਵਾ ਜਿਹਦਾ ਹੀ ਬਾਈਕਾਟ ਕਰਨਾ ਹੈ ਆਪਣੇ ਇੰਡੀਅਨ ਚੀਜ਼ਾਂ ਹੀ ਲੈਣੀਆਂ ਵਾ ਅਤੇ ਇਹਨਾਂ ਗੱਲਾਂ ਦੇ ਚੀਨ ਨੂੰ ਮਾਰ ਪਊਗੀ ਤਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਵਾਂ ਵੀ ਚੀਨ ਦੇ ਸਮਾਨ ਦਾ ਬਾਈਕਾਟ ਕੀਤਾ ਜਾਵੇ ਅਤੇ ਤਾਂ ਜੋ ਉਹਨਾਂ ਸਮਾਨ ਜੋ ਆਪਾਂ ਖਰੀਦਦੇ ਹਾਂ ਵੀ ਉਹਨਾਂ ਨੂੰ ਜੋ ਤਾਕਤ ਮਿਲਦੀ ਆ ਉਹਨਾਂ ਦੀ ਕਮਰ ਟੁੱਟੇ ਦੇਖੋ ਅਸੀਂ ਬਿਲਕੁਲ ਤਿਆਰ ਹਾਂ ਵੀ ਅਸੀਂ ਚੀਨੀ ਉਤਪਾਦਾਂ ਦਾ ਬਾਈਕਾਟ ਕਰਾਂਗੇ ਸਾਡੇ ਕੋਲ ਸਿਰਫ ਜਿਹੜੀ ਕੋਈ LED ਦੇ ਵਿੱਚ ਆਈਟਮ ਹੈ ਉਹ ਚਾਈਨੀਜ਼ ਆਈਟਮ ਅਸੀਂ ਵੇਚਦੇ ਸੀ ਪਰ ਜਦੋਂ ਤੋਂ ਪਿਛਲੀ ਵਾਰ ਮੋਦੀ ਜੀ ਦੇ ਸੰਬੋਧਨ ਦੇ ਲਾਕਡਾਊਨ ਦੌਰਾਨ ਸੰਬੋਧਨ ਦੇ ਵਿੱਚ ਉਹਨਾਂ ਨੇ ਕਿਹਾ ਲੋਕਲ ਇਜ਼ ਵੋਕਲ ਤਾਂ ਅਸੀਂ ਜੋ ਵੀ ਹੁਣ ਪ੍ਰੈਫਰੈਂਸ ਹੈਗੀ ਆ ਉਹ ਆਪਦੇ ਲੋਕਲ ਮਾਲ ਨੂੰ ਦੇਵਾਂਗੇ ਇੰਡੀਅਨ ਮਾਲ ਨੂੰ ਦੇਵਾਂਗੇ ਤਾਂ ਜੋ ਇੰਡੀਅਨ ਮਜ਼ਦੂਰਾਂ ਨੂੰ ਨੌਕਰੀ ਮਿਲ ਸਕੇ ਸਾਰਾ ਕੰਮ ਇੰਡੀਅਨ ਹੋ ਸਕੇ ਅਤੇ ਸਾਰਾ ਪੈਸਾ ਹਿੰਦੁਸਤਾਨ 'ਚ ਹੀ ਰੁਕੇ ਬਾਕੀ ਜੇ ਕੋਈ ਸਾਡੇ ਕੋਲ ਚਾਈਨੀਜ਼ ਆਈਟਮ ਪਈ ਹੈ ਅਸੀਂ ਉਹ ਕੰਪਨੀਆਂ ਨੂੰ ਵਾਪਸ ਭੇਜ ਰਹੇ ਹਾਂ ਇਸ ਬਾਬਤ ਸਾਡੀ ਗੱਲ ਡਿਸਟ੍ਰੀਬਿਊਟਰਾਂ ਨਾਲ ਵੀ ਹੋ ਚੁੱਕੀ ਹੈ CNF ਨਾਲ ਵੀ ਹੋ ਚੁੱਕੀ ਹੈ ਵੀ ਅਸੀਂ ਤੁਹਾਨੂੰ ਇਹ ਵਾਪਸ ਕਰ ਰਹੇ ਹਾਂ ਉਹਨਾਂ ਵੱਲੋਂ ਸਾਨੂੰ ਪ੍ਰਵਾਨਗੀ ਆ ਜੂਗੀ ਅਤੇ ਨਾਲ ਹੀ ਵਾਪਸ ਕਰ ਦਿਆਂਗੇ ਜ਼ਿਆਦਾਤਰ ਇਲੈਕਟ੍ਰੋਨਿਕ ਗੁੜ ਕਾਫੀ ਹੁੰਦੀਆਂ ਤੁਹਾਡੇ ਕੋਲ ਵੀ ਹੁੰਦੀਆਂ ਮਾਰਕੀਟ 'ਚ ਵੀ ਹੁੰਦੀਆਂ ਕੀ ਤੁਹਾਡੇ ਇਲੈਕਟ੍ਰੋਨਿਕ ਕੋਈ ਯੂਨੀਅਨ ਬਣਾ ਕੇ ਗੱਲ ਫੈਸਲਾ ਲਿੱਤਾ ਗਿਆ ਜਾਂ ਤੁਸੀਂ ਆਪਣੇ ਸਰ ਇਹ ਤਾਂ ਹਜੇ ਤੱਕ ਤਾਂ ਦੇਖੋ ਸਾਡਾ ਮੇਨ ਕੰਮ ਹੈਗਾ ਇਲੈਕਟ੍ਰੀਕਲ ਦਾ ਪੱਖੇ ਵਾਇਰ ਸਵਿਚਿਸ ਵਗੈਰਾ ਇਹਦੇ ਵਿੱਚ ਜੋ ਵੀ 90% ਉਤਪਾਦ ਸਾਡੇ ਹੈਗੇ ਆ ਉਹ ਆਉਂਦੇ ਆ ਜੀ ਇੰਡੀਅਨ ਲੋਕਲ ਕੰਪਨੀਆਂ ਦੇ ਬਣੇ ਹੁਣ ਜਿਹੜੇ ਮਤਲਬ ਇਲੈਕਟ੍ਰੋਨਿਕਸ ਦੇ ਵਿੱਚ ਆਈਟਮਸ 'ਚ ਗਿਣ ਲਈਏ ਆਪਾਂ ਫਰਿੱਜ TV AC ਇਹਦੇ ਵਿੱਚ ਕਈ ਕੰਪਨੀਆਂ ਮਤਲਬ ਇਸ ਚੀਜ਼ ਨੂੰ ਆਪਣਾ ਪ੍ਰੋਵਾਈਡ ਕਰ ਰਹੀ ਹੈ ਮੈਂ ਹੈਵਲ ਦਾ ਡਿਸਟ੍ਰੀਬਿਊਟਰ ਹੈ ਹੈਵਲ ਨੇ ਪਿਛਲੇ ਸਾਲ ਲਿਓਰਡਸ ਨਾਂ ਤੋਂ ਇੱਕ ਨਵਾਂ ਯੂਨਿਟ ਜੋ ਚੱਲਦਾ ਪਿਆ ਸੀ ਉਹ ਟੇਕਓਵਰ ਕਰ ਲਿਆ ਵਾ ਅਤੇ ਮੈਂ ਸਾਰਿਆਂ ਨੂੰ ਇਹੀ ਅਪੀਲ ਕਰੂੰਗਾ ਵੀ ਜਿਹੜੀ ਲਿਓਰਡਸ ਹੈ ਉਹ ਇੰਡੀਅਨ ਹੈ ਵੋਲਟਾਸ ਇੰਡੀਅਨ ਹੈ ਟਾਟਾ ਇੰਡੀਅਨ ਹੈ ਇਹ AC ਫਰਿੱਜ ਕੂਲਰ ਜੋ ਵੀ ਲੈਣਾ ਇਹਨਾਂ ਕੰਪਨੀਆਂ ਦਾ ਲਓ ਦੇਖੋ LG ਵਗੈਰਾ ਕੰਪਨੀਆਂ ਮੈਂ ਜ਼ਿਆਦਾ ਕੰਪਨੀਆਂ ਦਾ ਨਾਂ ਨਹੀਂ ਲਊਂਗਾ ਫਿਰ ਉਹਨਾਂ ਨੂੰ ਵੀ ਇਤਰਾਜ਼ ਹੋ ਸਕਦਾ ਇਹ ਵਿਦੇਸ਼ੀ ਕੰਪਨੀਆਂ ਵਾ ਵੀ ਇਹਦੀ ਚੀਜ਼ ਯੂਜ਼ ਨਾ ਕਰੋ AC ਲਾਉਣਾ ਤੁਸੀਂ ਵੋਲਟੇਜ ਦਾ ਲਾਓ ਲੋਇਡਸ ਦਾ ਲਾਓ ਜਾਂ ਜੋ ਵੀ ਇੰਡੀਅਨ ਬ੍ਰਾਂਡ ਹੈਗਾ ਉਹਦਾ ਲਾਓ ਨਹੀਂ ਸਰ ਅਸੀਂ ਮੋਸਟਲੀ ਸਮਾਨ ਜਿਹੜਾ ਇੰਡੀਅਨ ਹੀ ਸੇਲ ਕਰਦੇ ਹਾਂ ਸਾਡੇ ਕੋਲ ਕਸਟਮਰ ਅਗਰ ਨਹੀਂ ਕੋਈ ਮਤਲਬ ਚੀਨੀ ਸਮਾਨ ਦੀ ਡਿਮਾਂਡ ਕਰੇਗਾ ਤਾਂ ਅਸੀਂ ਨਹੀਂ ਸੇਲ ਕਰਾਂਗੇ ਡਿਮਾਂਡ ਜੇ ਨਹੀਂ ਆਏਗੀ ਤਾਂ ਬਿਲਕੁਲ ਤੁਸੀਂ ਵੇਚੋਗੇ